तेरे अभी एक मरासन थी मावी हाँ ही हाँ गलती ना जुत्ती ये जिम्मेदार ने दे थी किसने कोई संगे यार का बॉयफ्रेंड थी जुत्ती ले ली हूँ देखे कोई ना माले बथेरी आया अड्डी अड्डी अकड़ गावे उस समझ आवे कि मैं समझ ना आवे जो तो रात होगी उन्हें 10 बजे हो गया भी गल नहीं बनी महल्ले ने भी नहीं देखी जुत्ती बथेरी आया करी किसी ने कहता तो जाने कहते लगी हुई है ना किसी ने कोस है ना जुत्ती ना देखी कई ने देख ली हूँ इग्नोर करती बुढ़िया ने जाके फिर उन्हें घर फूकता अग लाती लोग आके कट्ठे हुए तो कहते भी जल गया सारा घर जल गया कहते भी अग बुझाओ इन कहती कोई नहीं हूँ जान लेने तुझे जान लग गया कहते लोग लागे बाल्टियां पाउन वो कहती ना बजाओ ना बजाओ आ जुत्ती बची है भी मावी ने यूट्यूब ते पौने ही पौना है पाऊगा पाऊगा ਉਹ ਤੂੰ ਨਕਲਾਂ ਜਿਹਾ ਬਣਿਆ ਹੋਣਾ ਜੁੱਤੀ ਬਹੁਤ ਫੇਰੂ ਮੈਂ ਜੇ ਹੁਣ ਲਾਈ ਇਹ ਬਾਕੀ ਮਰਾਸੀਆਂ ਦੀ ਕਰਿਆ ਕਰ ਮਿੱਤਰਾਂ ਦੀ ਨਹੀਂ ਲੈ ਆਉਣਾ ਮੋਟਰ ਤੇ ਫੇਰ ਮੈਂ ਆਖੀ ਫਿਰ ਕਿਸੇ ਗਾਉਣਾ ਨੇ ਬਿਆਨ ਦੇਣਾ ਜੀ ਆ ਲੜਨ ਵਾਲੀਆਂ ਪੰਜਾਬ ਦੀ ਗਾਇਕੀ ਤੇ ਗਾਇਕਾਂ ਤੇ ਕਈ ਇਲਜ਼ਾਮ ਲੱਗਦੇ ਨੇ ਇਹ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ ਕਈ ਵਾਰ ਇਹਨਾਂ ਵੱਲੋਂ ਅਜਿਹਾ ਕੰਮ ਕੀਤਾ ਜਾਂਦਾ ਹੈ ਜਿਸ ਕਾਰਨ ਇਹ ਵਿਵਾਦਾਂ 'ਚ ਘਿਰ ਜਾਂਦੇ ਨੇ ਪੰਜਾਬੀ ਗਾਇਕਾਂ ਤੇ ਗਾਇਕੀ ਦਾ ਵਿਵਾਦਾਂ ਨਾਲ ਗੂੜਾ ਤੇ ਪੁਰਾਣਾ ਰਿਸ਼ਤਾ ਹੈ ਲੋਕਾਂ ਦੇ ਪਿਆਰ ਸਦਕਾ ਬੁਲੰਦੀਆਂ ਨੂੰ ਛੂਣ ਵਾਲੇ ਇਹ ਗਾਇਕ ਕਈ ਵਾਰ ਅਜਿਹਾ ਕੁਝ ਕਰ ਦਿੰਦੇ ਨੇ ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਕੁਝ ਅਜਿਹਾ ਹੀ ਕੀਤਾ ਗਿਆ ਹਮੇਸ਼ਾ ਸੋਸ਼ਲ ਮੀਡੀਆ ਤੇ ਮੀਡੀਆ ਤੋਂ ਦੂਰ ਰਹਿਣ ਵਾਲੇ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਦਰਅਸਲ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜੰਗਲ 'ਚ ਲੱਗੀ ਅੱਗ ਵਾਂਗ ਫੈਲ ਰਹੀ ਹੈ ਜਿਸ 'ਚੋਂ ਮੀਰ ਆਲਮ ਸਮੁਦਾਇ ਯਾਨੀ ਕਿ ਡੂਮ ਜਾਤੀ ਦੀਆਂ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤ ਰਹੇ ਨੇ ਪਹਿਲਾਂ ਦੇਖੋ ਵਾਇਰਲ ਹੋਈ ਬੱਬੂ ਮਾਨ ਦੀ ਉਹ ਵੀਡੀਓ ਤੇਰੇ ਆ ਵੀ ਇੱਕ ਮਰਾਸਣ ਦੀ ਮਾਵੀ ਹਾਂਜੀ ਤਾਂ ਗਲਤੀ ਨਾਲ ਜੁੱਤੀ ਇਹ ਜ਼ਿਮੀਂਦਾਰਾਂ ਨੇ ਦੇਤੀ ਕਿਸੇ ਨੇ ਕੋਈ ਸੰਗੇ ਵਰਗਾ ਬੁਆਏਫ੍ਰੈਂਡ ਸੀ ਜੁੱਤੀ ਲੈ ਲਈ ਹੁਣ ਦੇਖੇ ਕੋਈ ਨਾ ਮਹੱਲੇ ਬਥੇਰੀ ਆਇਆ ਅੱਡੀ ਅੱਡੀ ਅਕੜ ਗਾਵੇ ਉਹ ਸਮਝਾਵੇ ਕਿਵੇਂ ਸਮਝ ਨਾ ਆਵੇ ਜਦੋਂ ਰਾਤ ਹੋ ਗਈ ਉਹਨੇ 10 ਵਜੇ ਹੋ ਗਿਆ ਵੀ ਗੱਲ ਨਹੀਂ ਬਣੀ ਮਹੱਲੇ ਨੇ ਵੀ ਨਹੀਂ ਦੇਖੀ ਜੁੱਤੀ ਬਥੇਰੀ ਆਇਆ ਕਰੀ ਕਿਸੇ ਨੇ ਕਹਿ ਤਾ ਤੋ ਜਾਣੀ ਕਹਤੇ ਲੱਗੀ ਹੋਈ ਹੈ ਨਾ ਕਿਸੇ ਨੇ ਕੁਛ ਹੈ ਨਾ ਜੁੱਤੀ ਨਾ ਦੇਖੀ ਕਈਆਂ ਨੇ ਦੇਖ ਲਈ ਊਂ ਇਗਨੋਰ ਕਰਤੀ ਬੁੜੀਆਂ ਨੇ ਜਾ ਕੇ ਫਿਰ ਉਹਨੇ ਘਰ ਫੂਕਤਾ ਅੱਗ ਲਾਤੀ ਲੋਕ ਆ ਕੇ ਇਕੱਠੇ ਹੋਏ ਤਾਂ ਉਹ ਕਹਿੰਦੇ ਵੀ ਜਲ ਗਿਆ ਸਾਰਾ ਘਰ ਜਲ ਗਿਆ ਉਹ ਕਹਿੰਦੇ ਵੀ ਅੱਗ ਬੁਝਾਓ ਇਹਨੂੰ ਉਹ ਕਹਿੰਦੀ ਕੋਈ ਨਹੀਂ ਹੁਣ ਜਾਣ ਲੈਣ ਤੂੰ ਜਾਣ ਲੱਗਿਆ ਉਹ ਕਹਿੰਦੇ ਲੋਕ ਲਾਗੇ ਬਾਲਟੀਆਂ ਪਾਉਣ ਉਹ ਕਹਿੰਦੀ ਨਾ ਬੁਝਾਓ ਨਾ ਬੁਝਾਓ ਆ ਜੁੱਤੀ ਉਹ ਬਚੀ ਹੈ ਸਾਰੇ ਘਰ ਮਚਾ ਲਿਆ ਆਹ ਗੱਲ ਆ ਵੀ ਮਾਵੀ ਨੇ ਯੂਟਿਊਬ ਤੇ ਪਾਉਣਾ ਹੀ ਪਾਉਣਾ ਇਹ ਪਾਊਗਾ ਪਾਊਗਾ ਉਹ ਤੂੰ ਨਕਲਾਂ ਜਿਹਾ ਬਣਿਆ ਹੋਣਾ ਜੁੱਤੀ ਬਹੁਤ ਫੇਰੂ ਮੈਂ ਜੇ ਹੁਣ ਲਾਈ ਇਹ ਬਾਕੀ ਮਰਾਸੀਆਂ ਦੀ ਕਰਿਆ ਕਰ ਮਿੱਤਰਾਂ ਦੀ ਨਹੀਂ ਲੈ ਆਉਣਾ ਮੋਟਰ ਤੇ ਫੇਰ ਮੈਂ ਆਖੀ ਫਿਰ ਕਿਸੇ ਗਾਉਣਾ ਨੇ ਬਿਆਨ ਦੇਣਾ ਜੀ ਆ ਲੜਨ ਵਾਲੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਰ ਆਲਮ ਸਮੁਦਾਇ ਵੱਲੋਂ ਬੱਬੂ ਮਾਨ ਦੇ ਖਿਲਾਫ ਕਸਬਾ ਪਦੌੜ 'ਚ ਇਕੱਠ ਕੀਤਾ ਗਿਆ ਜਿੱਥੇ ਉਹਨਾਂ ਨੇ ਮਾਨ ਦੀ ਵੀਡੀਓ ਨੂੰ ਲੈ ਕੇ ਨਿੰਦਾ ਕੀਤੀ ਤੇ ਲਿਖਤੀ ਮੁਆਫੀ ਮੰਗਣ ਲਈ ਕਿਹਾ ਉਹਨਾਂ ਕਿਹਾ ਕਿ ਜੇ ਮਾਨ ਮੁਆਫੀ ਨਹੀਂ ਮੰਗਦੇ ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਦਾ ਕੱਟ ਸੀਗਾ ਜੀ ਥੋੜੇ ਦਿਨਾਂ ਦੇ ਵਿੱਚ ਇੱਕ ਟਿਕਟੌਕ ਤੇ ਬੱਬੂ ਮਾਨ ਵੱਲੋਂ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਮੀਰ ਆਲਮ ਮਰਦਾਨਾ ਭਾਈਚਾਰੇ ਦੇ ਜਿਹੜੀਆਂ ਔਰਤਾਂ ਉਹਨਾਂ ਦੇ ਬਾਰੇ ਬੱਬੂ ਮਾਨ ਨੇ ਜੋ ਅਪਸ਼ਬਦ ਬੋਲੇ ਆ ਜੀ ਉਸ ਵਿਰੁੱਧ ਜਿਹੜੇ ਸਾਡੇ ਜਿੰਨੇ ਵੀ ਸਾਡਾ ਭਾਈਚਾਰਾ ਸੀ ਉਹਨਾਂ ਦੇ ਦਿਲ ਜਿਹੜੇ ਉਹ ਬਲੁੰਦਰੇ ਗਏ ਬੜੀ ਠੇਸ ਪਹੁੰਚੀ ਸਾਨੂੰ ਔਰ ਉਸ ਵਿਰੋਧ ਦੇ ਵਿੱਚ ਅਸੀਂ ਇੱਥੇ ਭਾਈ ਮਰਦਾਨਾ ਜੀ ਦੇ ਜਿੰਨਾ ਵੀ ਕੁਨਬਾ ਜਿੰਨਾ ਵੀ ਉਹਨਾਂ ਦਾ ਪਰਿਵਾਰ ਸੀ ਉਹ ਇੱਥੇ ਇਕੱਠਾ ਹੋਇਆ ਔਰ ਇਕੱਠਾ ਹੋ ਕੇ ਆਪਦੀ ਇੱਕ ਰਣਨੀਤੀ ਬਣਵਾਈ ਹੈ ਵੀ ਜੇ ਬੱਬੂ ਮਾਨ ਲਾਈਵ ਹੋ ਕੇ ਸਾਡੇ ਭਾਈਚਾਰੇ ਤੋਂ ਮਾਫੀ ਮੰਗਦਾ ਤਾਂ ਅਸੀਂ ਉਹਨੂੰ ਮਾਫ ਕਰ ਸਕਦੇ ਹਾਂ ਅਤੇ ਨਹੀਂ ਤਾਂ ਜਿਹੜਾ ਸਾਡਾ ਸੰਘਰਸ਼ ਹੈ ਇਹ ਸਟੈਪ ਬਾਈ ਸਟੈਪ ਅਸੀਂ ਇਹਨੂੰ ਅਗਾਂਹ ਲੈ ਕੇ ਜਾਵਾਂਗੇ ਜੀ ਹੋ ਸਕਦਾ ਇਹਦੇ ਵਿਰੁੱਧ ਕੋਈ ਧਰਨਾ ਵੀ ਲੱਗੇ ਇਹਨਾਂ ਨੂੰ ਸਾਨੂੰ ਸੀਐਮ ਸਾਹਿਬ ਨੂੰ ਵੀ ਮਿਲਣਾ ਪਵੇ ਜੋ ਵੀ ਸਾਨੂੰ ਜਿਵੇਂ ਡਿਊਟੀਆਂ ਲੱਗਣਗੀਆਂ ਉਸੇ ਤਰ੍ਹਾਂ ਅਸੀਂ ਸਾਰੀ ਰਣਨੀਤੀ ਬਣਾਵਾਂਗੇ ਜੀ ਥਾਣਿਆਂ 'ਚੋਂ ਜੀ 6-7 ਥਾਣਿਆਂ ਦੇ ਵਿੱਚੋਂ ਤਾਂ ਬਿਲਕੁਲ ਲਾਈਵ ਜਿਹੜੀ ਹੈ ਉਹ ਹੋ ਵੀ ਗਈਆਂ FIR ਵੀ ਹੋ ਗਈਆਂ ਬਾਏ ਹੈਂਡ ਵੀ ਹੋ ਗਈਆਂ ਜੀ ਤਹਿਸੀਲਾਂ ਦੇ ਵਿੱਚ ਵੀ ਹੋ ਗਈਆਂ ਬਾਕੀ ਭਾਈਚਾਰਾ ਸਾਰਾ ਸਾਡਾ ਅਵੇਅਰ ਹੈ ਔਰ ਬੜੀ ਮੈਂ ਕਹਿੰਦਾ ਵੀ ਦਿਲੋਂ ਸਾਰਿਆਂ ਨੂੰ ਦਿਨੋਂ ਜਿਹੜੇ ਬਲੁੰਦਰੇ ਗਏ ਆ ਉਹ ਸਾਰੇ ਆਡਾ ਡਾਫ ਦਾ ਫੇਰ ਉਹ ਦੁੱਖ ਜਿਹੜਾ ਉਹ ਪ੍ਰਗਟ ਕਰਨਗੇ ਉਹ ਵੀ ਉਹ ਥਾਣਿਆਂ ਦੇ ਅੱਗੇ ਕਰਨਗੇ ਜੀ ਜਾ ਕੇ
इस मामले ते की कहना है पुलिस दा, आओ देखदे आं। जी इह मिति अपने 7/1/2020 नूं इक कंप्लेंट आई सी बूटा खान वल्लों वासी ਭਦੌੜ ਤੋਂ ਕਿ ਬੱਬੂ ਮਾਨ ਨੇ ਇੱਕ ਟਿਕਟੋਕ 'ਤੇ ਵੀਡੀਓ ਵਾਇਰਲ ਕੀਤੀ ਹੈ ਜਿਸ ਸੰਬੰਧੀ ਉਹ ਕਿ ਜਿਹੜੀ ਮਰਾਸੀ ਬਰਾਦਰੀ ਆ ਉਹਨਾਂ ਦੀ ਔਰਤਾਂ ਦੇ ਖਿਲਾਫ਼ ਕੁਛ ਸ਼ਬਦ ਵਰਤੇ ਗਏ ਸੀ ਉਹਦੇ ਵੱਲੋਂ, ਜਿਸ ਰਿਗਾਰਡਿੰਗ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਆਪਣੇ ਕੋਲ। ਉਹ ਕੰਪਲੇਂਟ ਵੈਰੀਫਾਈ ਕਰ ਰਹੇ ਹਾਂ, ਜਿਹੜੀ ਵੀਡੀਓ ਦੀ ਹੈਗੀ ਹੈ, ਜੋ ਵੀ ਉਹ ਇੱਕ ਜੋ ਵੀ ਉਹਦੇ ਰਿਗਾਰਡਿੰਗ ਕਾਰਵਾਈ ਹੋਏਗੀ ਉਹਨੂੰ ਵੈਰੀਫਾਈ ਕੀਤਾ ਜਾਏਗਾ ਅਤੇ ਜੋ ਅਕੋਰਡਿੰਗ ਟੂ ਲਾਅ ਕਾਰਵਾਈ ਹੋਏਗੀ ਜੋ ਉਹ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਹ ਸ਼ਾਇਦ ਮੇਰੇ ਖਿਆਲ ਫੋਰਨ 'ਚ ਕਿਤੇ ਗਿਆ ਹੋਇਆ ਸੀਗਾ, ਉਸ ਡਿਊਰਿੰਗ ਉਹ ਕਿਸੇ ਟਰਬਨ ਬਣ ਰਿਹਾ ਸੀ ਅਤੇ ਉਹਦੇ ਉਹਨੂੰ ਕਹਾਵਤ ਸੁਣਾ ਰਿਹਾ ਸੀ ਕਿ ਆਹ ਗੱਲਾਂ ਹੁੰਦੀਆਂ ਨੇ, ਉਸ 'ਚੋਂ ਉਹਨਾਂ ਨੇ ਉਹ ਸ਼ਬਦ ਵਰਤੇ ਨੇ ਮਰਾਸੀ ਬਰਾਦਰੀ ਦੇ ਔਰਤਾਂ ਦੇ ਖਿਲਾਫ਼। ਜੀ ਨਹੀਂ, ਫਿਲਹਾਲ ਇਹ ਜੀ ਕੰਪਲੇਂਟ ਵੈਰੀਫਾਈ ਕਰ ਰਹੇ ਹਾਂ ਜੀ, ਜੋ ਹੋਏਗਾ ਉਸ ਅਕੋਰਡਿੰਗ ਤੁਹਾਨੂੰ ਦੱਸ ਦਿੱਤਾ ਜਾਏਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਾਇਰਲ ਵੀਡੀਓ ਤੋਂ ਬਾਅਦ ਕੀ ਬੱਬੂ ਮਾਨ ਮੁਆਫ਼ੀ ਮੰਗਦੇ ਨੇ ਜਾਂ ਫਿਰ ਨਹੀਂ। ਦੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਪੁਲਿਸ ਇਸ ਤੋਂ ਬਾਅਦ ਕੀ ਕਦਮ ਚੁੱਕਦੀ ਹੈ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।